ਬਾਬਾ ਜੀ ਮੇਰਾ ਨਾਂ ਤੇ ਸਰਬਜੀਤ ਸਿੰਘ ਬੇਦੀ ਹੈ। ਸਾਰੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ, ਉਹ ਸਾਡੇ ਕੋਲ ਸੇਵਾ ਲੈਂਦੇ ਆ, ਅਸੀਂ ਤੇ ਕਿਸੇ ਜੋਗੇ ਨਹੀਂ ਹੈਗੇ। ਕਿੱਦਾਂ ਦਾ ਲੱਗ ਰਿਹਾ ਇੱਥੇ? ਸਾਨੂੰ ਹਰ ਸਾਲ ਆਈਦਾ, ਲਗਭਗ 50 ਸਾਲ ਹੋ ਚੱਲੇ, ਮੇਰੀ ਉਮਰ 70 ਸਾਲ ਦੇ ਆਉਣ ਪੈਣਾ, 20 ਸਾਲ ਦਾ ਮੈਂ ਲਗਭਗ ਇੱਥੇ ਬਾਬਾ ਜੀ ਦੇ ਆ ਰਿਹਾ, ਅਤੇ ਸਾਨੂੰ ਤਾਂ ਬੜਾ ਖੁਸ਼ੀ ਹੁੰਦੀ ਹੈ। ਮਹਾਰਾਜ ਦੀ ਇੰਨੀ ਕਿਰਪਾ ਦੱਸ ਨਹੀਂ ਸਕਦਾ ਕਿੰਨੀ। ਕਿੰਨਾ ਉਤਸ਼ਾਹ ਲੱਗ ਰਿਹਾ? ਹਾਂਜੀ, ਸੰਗਤਾਂ ਦੇ ਵਿੱਚ ਕਿੰਨਾ ਉਤਸ਼ਾਹ ਲੱਗ ਰਿਹਾ? ਸੰਗਤਾਂ ਵਿੱਚ ਬੜਾ ਦਿਲ ਖੁਸ਼ ਹੁੰਦਾ ਜੀ, ਜਦੋਂ ਮਹਾਰਾਜ ਸੇਵਾ ਲੈਂਦੇ ਨਾ ਬੜਾ ਦਿਲ ਖੁਸ਼ ਹੁੰਦਾ। ਵਧਾਈਆਂ ਦੇਣਾ ਚਾਹੁੰਦੇ ਹੋ ਸਿੱਖ ਸੰਗਤ? ਹਾਂਜੀ, ਵਧਾਈਆਂ ਦੇਣਾ ਚਾਹੁੰਦੇ ਹੋ? ਹਾਂ, ਬਾਬਾ ਦੀਪ ਸਿੰਘ ਦੇ ਜਨਮ ਦੇ ਸਭ ਨੂੰ ਲੱਖ ਲੱਖ ਵਧਾਈਆਂ ਜੀ, ਲੱਖ ਲੱਖ। ਕੀ ਨਾਮ ਤੁਹਾਡਾ? ਸਾਜਨ। ਕਿਹੜੀ ਜਗ੍ਹਾ ਤੋਂ ਆਏ ਹੋ? ਅੰਮ੍ਰਿਤਸਰ ਤੋਂ। ਅੱਜ ਬਾਬਾ ਜੀ ਦਾ ਜਨਮ ਦਿਹਾੜਾ ਆ, ਜਨਮ ਦਿਹਾੜਾ ਕਿੱਦਾਂ ਦਾ ਲੱਗ ਰਿਹਾ ਸੀਗਾ? ਬਹੁਤ ਵਧੀਆ। ਕਿੱਦਾਂ ਮਨਾ ਰਹੇ ਹੋ ਅੱਜ ਦੇ ਦਿਹਾੜੇ ਨੂੰ? ਦਿਲ ਨਾਲ, ਖੁਸ਼ੀ ਨਾਲ, ਵਧੀਆ ਲੱਗ ਰਿਹਾ। ਹਾਂਜੀ, ਇੱਥੇ ਸਜਾਵਟ ਕੀਤੀ ਗਈ ਹੈ ਸੁੰਦਰ, ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਲੱਗ ਰਿਹਾ ਸੰਗਤਾਂ 'ਚ? ਬਹੁਤ ਜ਼ਿਆਦਾ, ਵੈਸੇ ਬਾਬਾ ਦੀਪ ਸਿੰਘ ਦਾ, ਖੰਡੇ ਵਾਲੇ ਬਾਬੇ ਦਾ, ਵੈਸੇ ਸਾਰਿਆਂ ਦੇ ਦਿਲਾਂ ਵਿੱਚ ਬਹੁਤ ਹੁੰਦਾ, ਹਰ ਸਾਲ ਮਨਾਇਆ ਜਾਂਦਾ ਹੈ, ਧੂਮਧਾਮ ਨਾਲ ਮਨਾਇਆ ਜਾਂਦਾ, ਵਧੀਆ ਲੱਗਦਾ। ਲੰਗਰ ਵੀ ਲਗਾਏ ਗਏ ਅਲੱਗ ਅਲੱਗ? ਬਹੁਤ ਬਹੁਤ ਜ਼ਿਆਦਾ, ਹਰ ਰੋਡ 'ਤੇ, ਹਰ ਰਾਹ 'ਚ, ਹਰ ਗਲੀ ਵਿੱਚ ਲੰਗਰ ਲੱਗਾ ਗਿਆ, ਜਿੱਥੇ ਮਰਜ਼ੀ ਜਾਓ ਹਰ ਜਗ੍ਹਾ ਲੰਗਰ ਹੀ ਲੰਗਰ ਆ। ਸੰਗਤਾਂ ਨੂੰ ਵਧਾਈ ਦਿੰਦੇ ਹੋ ਅੱਜ? ਬਹੁਤ ਵਧਾਈਆਂ ਸਾਰੀਆਂ ਸੰਗਤਾਂ ਨੂੰ, ਜਿੰਨੇ ਵੀ ਇੱਥੇ ਆਏ ਆ, ਜਿਹੜੇ ਬਾਕੀ ਘਰ ਬੈਠੇ ਆ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਬਾਬਾ ਦੀਪ ਸਿੰਘ ਦੇ ਨਾਂ ਦੇ। ਕੀ ਨਾਮ ਵੀਰ ਜੀ ਤੁਹਾਡਾ? ਦਮਨਦੀਪ ਸਿੰਘ। ਕਿਹੜੀ ਜਗ੍ਹਾ ਤੋਂ ਆਏ ਹੋ? ਦਿੱਲੀ। ਅੱਜ ਬਾਬਾ ਜੀ ਦਾ ਜਨਮ ਦਿਹਾੜਾ ਹੈ, ਇੱਥੇ ਦਰਸ਼ਨ ਕਰਨ ਪਹੁੰਚੇ, ਕਿੱਦਾਂ ਦਾ ਲੱਗ ਰਿਹਾ? ਬਹੁਤ ਅੱਛਾ ਲੱਗ ਰਿਹਾ, ਅਤੇ ਮੈਂ ਪਹਿਲੀ ਵਾਰੀ ਦਰਸ਼ਨ ਕੀਤੇ ਨੇ, ਇਹ ਗੁਰਪੁਰਬ ਮੈਂ ਪਹਿਲੀ ਵਾਰ ਵੇਖਿਆ ਆ ਕੇ, ਬਹੁਤ ਅੱਛਾ ਲੱਗ ਰਿਹਾ, ਅਤੇ ਬੜੀ ਸੰਗਤ ਸ਼ਰਧਾ ਨਾਲ ਆ ਰਹੀ ਹੈ, ਠੰਡ ਹੋ ਕੇ ਵੀ ਸੰਗਤ ਬਹੁਤ ਪਹੁੰਚੀ ਹੈ, ਬਹੁਤ ਵੱਡੀ ਗੱਲ ਹੈ। ਸੁੰਦਰ ਸਜਾਵਟਾਂ ਵੀ ਕੀਤੀਆਂ? ਸਜਾਵਟ ਵੀ ਬਹੁਤ ਸੁੰਦਰ ਹੈਗੀ ਹੈ, ਸ਼੍ਰੋਮਣੀ ਕਮੇਟੀ ਇੰਤਜ਼ਾਮ ਬਹੁਤ ਅੱਛੇ ਕੀਤੇ, ਮੈਡੀਕਲ ਵਗੈਰਾ ਸਾਰਿਆਂ ਦੇ, ਬਹੁਤ ਅੱਛਾ ਲੱਗ ਰਿਹਾ ਦੇਖ ਕੇ, ਅਤੇ ਕਿਰਪਾ, ਇੰਨੀ ਕਿਰਪਾ ਹੈ ਕਿ ਪ੍ਰਸ਼ਾਦ ਵੀ ਬਹੁਤ ਵੰਡ ਰਹੇ ਹੈ, ਲੇਕਿਨ ਇੰਨਾ ਖਾਇਆ ਵੀ ਨਹੀਂ ਜਾ ਰਿਹਾ ਜਿੰਨਾ ਵੰਡ ਰਹੇ ਹੈ। ਇੰਨੀ ਕਿਰਪਾ, ਅੰਦਰ ਦਰਸ਼ਨ ਕਰਕੇ ਆਇਓ, ਸੰਗਤਾਂ ਦੇ ਵਿੱਚ ਕਿੰਨਾ ਉਤਸ਼ਾਹ ਲੱਗ ਰਿਹਾ? ਬਹੁਤ ਅੱਛਾ, ਬਹੁਤ ਉਤਸ਼ਾਹ ਹੈਗਾ ਸੰਗਤ ਦੇ ਵਿੱਚ, ਠੰਡ ਵਿੱਚ ਇੰਨਾ ਆਏ ਨੇ, ਅਤੇ ਸਾਰੇ ਪਹੁੰਚੇ ਨੇ, ਬੱਚੇ ਬੁੱਧ ਸਾਰੇ ਪਹੁੰਚੇ ਨੇ, ਇਹ ਬਹੁਤ ਵੱਡੀ ਗੱਲ ਹੈ, ਅਤੇ ਇਹ ਪਿਆਰ ਹੈਗਾ, ਪ੍ਰੇਮ ਹੈਗਾ, ਜਿਹਨੇ ਪ੍ਰੇਮ ਕਿਹਾ ਉਹਦੇ ਨਹੀਂ ਪ੍ਰਾਪ ਆਇਓ। ਉੱਥੇ ਨਗਰ ਕੀਰਤਨ ਕੁਛ ਇਲਾਕਿਆਂ 'ਤੇ ਕੱਢਦੇ, ਕਿਉਂਕਿ ਦਿੱਲੀ ਬਹੁਤ ਵੱਡਾ ਸ਼ਹਿਰ ਹੈਗਾ, ਠੀਕ ਹੈ, ਹਰ ਇਲਾਕੇ 'ਤੇ ਨਹੀਂ ਕੱਢਿਆ ਜਾਂਦਾ, ਪਰ ਗੁਰਪੁਰਬ ਸਾਰੇ, ਮਤਲਬ ਕਿ ਅਸੀਂ ਸਮਾਗਮ ਕਰਦੇ ਹਾਂ ਅਤੇ ਲੰਗਰ ਕਰਦੇ ਹਾਂ, ਇਸ ਤਰ੍ਹਾਂ ਨਹੀਂ ਕਰਦੇ, ਮਤਲਬ ਸਟਾਲ ਲਾ ਕੇ ਹਰ ਗੁਰਦੁਆਰੇ ਦੇ ਵਿੱਚ ਇੱਕ ਲੰਗਰ ਹੁੰਦਾ, ਅਤੇ ਇੱਕ ਰਾਗੀ ਸਿੰਘ ਬਾਹਰੋਂ ਆ ਕੇ ਅਸੀਂ ਕੀਰਤਨ ਕਰਾਉਂਦੇ ਹਾਂ। ਇਸ ਜਗ੍ਹਾ 'ਤੇ ਜਿਵੇਂ ਸਟਾਲ ਲਗਾਏ ਨੇ, ਅਲੱਗ ਅਲੱਗ ਪ੍ਰਕਾਰ ਦੇ ਲੰਗਰ ਲੱਗੇ ਨੇ, ਕਿੱਦਾਂ ਦਾ ਲੱਗ ਰਿਹਾ ਉਹ ਦੇਖ ਕੇ? ਬਹੁਤ ਅੱਛਾ ਲੱਗਿਆ, ਇਨਫੈਕਟ ਮੈਂ ਇੱਕ ਸਟਾਲ 'ਤੇ ਸੇਵਾ ਵੀ ਕੀਤੀ ਹੈ, ਔਰ ਬਹੁਤ ਅੱਛਾ ਲੱਗਾ, ਪਹਿਲੀ ਵਾਰ ਮੈਂ ਦਿੱਲੀ ਦੇ ਬਾਹਰ ਆ ਕੇ ਦਿੱਲੀ ਦੇ ਅੰਮ੍ਰਿਤਸਰ ਦੀ ਸੰਗਤ ਦੀ ਸੇਵਾ ਕੀਤੀ, ਦਿੱਲੀ ਸੰਗਤ ਦੀ ਸੇਵਾ ਕਰਦੇ ਆ ਰਹੇ ਹਾਂ, ਪਰ ਅੱਜ ਸਾਨੂੰ ਗੁਰੂ ਰਾਮਦਾਸ ਨੇ ਅੰਮ੍ਰਿਤਸਰ ਦੀ ਸੇਵਾ ਵੀ ਲਿੱਤੀ।